तेरा मुल ते मैं बेमुला नाल लग जावा ते फिर मेरा भी मुल पवेगा। ओदी बेबसी देखी ते दुध नू रहम आ गया। ते ऐसा भी होता है ना, दुध नू आ गया रहम ते दुध ने आख्या पानी नू ते तू बेमुला ता है मैं कीमत वाला जा लग जा मेरे नाल ते जे नाल ना लगे ते तू मुरीद नहीं ते नाल लग जावे ते पर जे मैं बेमुल्ला हां ते मुल वाले दे नाल लग जाएगा ते तू भी मुल वाला हो जाएगा। नाल लगना तेरा काम, मुल पवाना मेरा काम, सोबत करनी तेरा काम, पानी मेरा काम, आ नेड़े ਆਉਣਾ ਤੇਰਾ ਕੰਮ, ਉੱਚਾ ਕਰਨਾ ਮੇਰਾ ਕੰਮ, ਨੇੜੇ ਆਉਣਾ ਤੇਰਾ ਕੰਮ ਤੇ ਉੱਚਾ ਕਰਨਾ ਮੇਰਾ ਕੰਮ। ਜੇ ਤੂੰ ਨੇੜੇ ਨਾ ਆਵੇ ਤੇ ਮੁਰੀਦ ਨਹੀਂ, ਤੇ ਜੇ ਨੇੜੇ ਆਉਣ ਬਾਅਦ ਮੈਂ ਮੁੱਲ ਨਾ ਪਾਵਾਂ ਤੇ ਫਿਰ ਪੀਰ ਨਹੀਂ। ਅੱਲਾਹ ਤੇ ਮੇਰੇ ਭਾਈਓ, ਜੇ ਅਸੀਂ ਕਿਸੇ ਇਸਲਾਮੀ ਦਰਸ ਦੇ ਵਿੱਚ ਮਦਰਸੇ ਦੇ ਵਿੱਚ ਆਈਏ, ਉਹਦੇ ਨੇੜੇ ਹੀ ਨਾ ਜਾਈਏ ਤੇ ਮੁਰੀਦ ਹੀ ਨਾ ਬਣੀਏ, ਪੀਰ ਕੋਲੇ ਨਾ ਜਾਈਏ ਤਾਂ ਫਿਰ ਮੁਰੀਦ ਨਹੀਂ। ਤੇ ਜੇ ਨੇੜੇ ਆਉਣ ਤੋਂ ਬਾਅਦ ਤੁਹਾਨੂੰ ਫਕੀਰ ਤੇ ਨੇਕ ਨਾ ਬਣਾਵਣ ਤੇ ਫਿਰ ਪੀਰ ਹੀ ਨਹੀਂ। ਅੱਲਾਹੁ ਅਕਬਰ। ਹੁਣ ਪੁੱਛੋ ਇਹ ਬੰਦਾ ਕਿਸ ਤਰ੍ਹਾਂ ਹੈ। ਮੌਸਮ ਸਾਵਣ ਦਾਤੂ ਦਾ ਤੇ ਦਰਿਆ ਵਿੱਚ ਪਾਣੀ ਹੈ ਤੇ ਮੌਜਾਂ ਬੜੀਆਂ ਉੱਚੀਆਂ ਨੇ, ਬਹੁਤ ਬੜਾ ਤੇਜ ਹੈ ਤੇ ਦਰਿਆ ਬੜਾ ਚੌੜਾ ਹੈ ਤੇ ਰਾਤ ਬੜੀ ਕਾਲੀ ਹੈ ਤੇ ਸਾਹਲ ਬੜਾ ਦੂਰ ਹੈ ਕਿਨਾਰਾ ਤੇ ਬੇੜੀ ਦੂਰ ਹੈ। ਬੰਦੇ ਬੇੜੀ ਵਿੱਚ ਤੇ ਬੇੜੀ ਪਈ ਤਰੇ ਤੇ ਮੌਜਾਂ ਨਾਲ ਖੇਡੇ ਤੇ ਬਹਾਰ ਨਾਲ ਖੇਡੇ ਤੇ ਕਿਹੜੇ ਦਰਿਆ ਦਾ ਮਜ਼ਾਕ ਉਡਾਵੇ, ਕਿਸੇ ਦੀ ਪਰਵਾਹ ਨਾ ਕਰੇ ਤੇ ਖਰਾਮਾ ਖਰਾਮਾ ਜਾਵੇ। ਜਿਹੜਾ ਬੈਟਰੀ ਬੇੜੀ ਦੇ ਉੱਤੇ ਚੜ ਗਿਆ ਨਾ, ਉਹਨੇ ਉਹਨੂੰ ਤਾਰ ਛੱਡਿਆ, ਜਿਹੜਾ ਉਹਨੂੰ ਛੱਡ ਗਿਆ ਉਹਨੇ ਉਹਨੂੰ ਦੂਰ ਛੱਡਿਆ। ਬੇੜੀ ਕੋਲ ਲੰਘਣਾ ਲੱਗਿਆ ਕੀ ਕਰਦਾ ਬੂਟਾ, ਇਹ ਬੇੜੀ ਦੀਆਂ ਕਸ਼ਤੀਆਂ ਤੇ ਕਿੱਕਰ ਦੇ ਬੂਟੇ ਗਿਆ ਕਿ ਮੇਰਾ ਤੇ ਕੋਈ ਮਕਾਮ ਨਹੀਂ, ਸਾਡਾ ਕੋਈ ਨਹੀਂ, ਸ਼ਕਲ ਸਾਡੀ ਕੋਈ ਨਹੀਂ ਤੇ ਮੈਂ ਇਕੱਲਾ ਵਾਂ। ਮੇਰੇ ਕਮਲੀ ਵਾਲੇ ਆਕਾ ਦੇ ਸਾਹਬੀ ਹਜ਼ਰਤ ਅਬੂ ਜ਼ਰ ਗਫਾਰੀ ਰਜ਼ੀ ਅੱਲਾਹੁ ਤਾਲਾ ਅਨਹੁ ਫਰਮਾਨ ਲੱਗੇ ਕਿ ਅੱਜ ਵਕਤ ਹੈ ਕਿ ਫਕੀਰ ਬਹੁਤੇ ਨੇ ਤੇ ਵਾਇਜ਼ ਘੱਟ ਨੇ। ਉਸ ਵਕਤ ਦੀ ਗੱਲ ਪਿਆ ਕਰਨਾ, ਫਰਮਾਇਆ ਫਕੀਰ ਬਹੁਤੇ ਨੇ ਵਾਇਜ਼ ਘੱਟ ਨੇ, ਅਦਾ ਕਰਨ ਵਾਲੇ ਬਹੁਤੇ ਨੇ ਤੇ ਮੰਗਣ ਵਾਲੇ ਘੱਟ ਨੇ। ਇਸ ਵੇਲੇ ਅਮਲ ਦੀ ਲੋੜ ਹੈ, ਅਮਲ ਦੀ ਲੋੜ ਹੈ, ਅਮਲ ਕਰੋ। ਜ਼ਮਾਨਾ ਬੜਾ ਅਜੀਬ ਹੈ, ਕੁਝ ਅਰਸੇ ਬਾਅਦ ਵਕਤ ਇਹੋ ਜਿਹਾ ਆਵੇਗਾ ਕਿ ਵਾਇਜ਼ ਬਹੁਤੇ ਹੋਣਗੇ ਤੇ ਫਕੀਰ ਕੋਈ ਨਹੀਂ ਹੋਏਗਾ। ਉਹ ਵਕਤ ਆ ਗਿਆ ਹੈ, ਫਰਮਾਇਆ ਵਾਇਜ਼ ਬਹੁਤ ਹੋਣਗੇ ਤੇ ਫਕੀਰ ਘੱਟ ਹੋਣਗੇ, ਮੰਗਣ ਵਾਲੇ ਬਹੁਤੇ ਹੋਣਗੇ ਤੇ ਅਦਾ ਕਰਨ ਵਾਲੇ ਘੱਟ ਹੋਣਗੇ। ਦੁਆ ਕਰੋ ਖੁਦਾ ਉਸ ਜ਼ਮਾਨੇ ਦੇ ਸ਼ਰ ਤੋਂ ਬਚਾਵੇ। ਮੇਰੇ ਭਾਈਓ, ਅੱਲਾਹ ਦੇ ਪਿਆਰੇ ਹਬੀਬ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੀ ਸੰਗਤ ਇਖਤਿਆਰ ਕਰ ਲਓ। ਉਹਦੇ ਪਿਆਰੇ ਮਹਿਬੂਬ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੇ ਪਿਆਰੇ ਔਲੀਆਏ ਕਰਾਮ, ਔਲੀਆਏ ਕਰਾਮ ਦਾ ਸਾਥ ਇਖਤਿਆਰ ਕਰ ਲਓ ਤਾਂ ਫਿਰ ਬੇੜਾ ਪਾਰ ਹੈ ਇਨਸ਼ਾਅੱਲਾ। ਇਸ ਤਰ੍ਹਾਂ ਪਾਣੀ ਜਿਹੜਾ ਹੈ ਦੁੱਧ ਦੇ ਵਿੱਚ ਸ਼ਾਮਲ ਹੋ ਜਾਵੇ ਤਾਂ ਉਹ ਪਾਣੀ ਬੇਮੁੱਲਾ ਮੁੱਲ ਵਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਹਾਂ ਬੇਮੁੱਲੇ। ਅਗਰ ਅਸੀਂ ਮੁਹੰਮਦ ਮੁਸਤਫਾ ਦੇ ਗੁਲਾਮਾਂ ਦੇ ਨਾਲ ਮਿਲ ਜਾਈਏ, ਉਹਨਾਂ ਦੀ ਸੰਗਤ ਇਖਤਿਆਰ ਕਰ ਲਈਏ, ਔਲੀਆ ਕਰਾਮ ਦੀ ਸੋਹਬਤ ਦੇ ਵਿੱਚ ਪੈ ਜਾਈਏ ਤਾਂ ਫਿਰ ਅਸੀਂ ਵੀ ਉਸੇ ਤਰ੍ਹਾਂ ਮੁੱਲ ਵਾਲੇ ਹੋ ਜਾਵਾਂਗੇ ਜਿਸ ਤਰ੍ਹਾਂ ਪਾਣੀ ਦੁੱਧ
ਤੇ ਮੇਰੇ ਭਾਈਓ ਇਹ ਅੱਲਾਹ ਦੀ ਅੱਲਾਹ ਦਾ ਇਹਸਾਨ ਹੈ ਕਿ ਅਸੀਂ ਮੁਹੰਮਦ ਮੁਸਤਫਾ ਦੇ ਗੁਲਾਮ ਹਾਂ ਔਰ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੀ ਉਮਤ ਦੇ ਵਿੱਚ ਹਾਂ। ਜਿਹਦੀ ਆਇਆ ਕਿ ਕਰੀਮਾ ਤਿਲਾਵਤ ਕੀਤੀ ਹੈ, ਐ ਲੋਗੋ ਹਮਨੇ ਤੁਮੇ ਏਕ ਮਰਦ ਔਰ ਏਕ ਔਰਤ ਸੇ ਪੈਦਾ ਕੀਆ ਔਰ ਉਨ੍ਹੇ ਸ਼ਾਖੇ ਔਰ ਕਬੀਲੇ ਕੀਆ ਕਿ ਆਪਸ ਮੇਂ ਪਹਿਚਾਨ ਰੱਖੋ, ਬੇਸ਼ੱਕ ਅੱਲਾਹ ਕੇ ਯਹਾਂ ਤੁਮ ਮੇਂ ਜ਼ਿਆਦਾ ਇੱਜ਼ਤ ਵਾਲਾ ਜੋ ਤੁਮ ਮੇਂ ਜ਼ਿਆਦਾ ਪਰਹੇਜ਼ਗਾਰ ਹੈ, ਬੇਸ਼ੱਕ ਅੱਲਾਹ ਜਾਣਨੇ ਵਾਲਾ ਖਬਰਦਾਰ ਹੈ। ਮਕਾਮ ਇੱਜ਼ਤ ਮਕਾਮ ਉਰੂਜ ਨਸਲ ਨਾਲ ਵੀ ਨਹੀਂ ਤੇ ਕੌਮ ਨਾਲ ਵੀ ਨਹੀਂ ਤੇ ਰੰਗ ਨਾਲ ਵੀ ਨਹੀਂ ਤੇ ਬੋਲੀ ਨਾਲ ਵੀ ਨਹੀਂ ਤੇ ਵਤਨ ਨਾਲ ਵੀ ਨਹੀਂ ਤੇ ਲਿਸਾਨ ਨਾਲ ਵੀ ਨਹੀਂ ਤੇ ਮਕਾਨ ਨਾਲ ਵੀ ਨਹੀਂ ਤੇ ਕਿਹਦੇ ਨਾਲ ਹੈ? ਆਖਿਆ ਖੁਦਾ ਨੇ ਕਮਲੀ ਵਾਲਿਆ ਈਮਾਨ ਦੁਨੀਆ ਹੈ ਤੇ ਬੰਦਾ ਤੇ ਕਿਲਾ ਵਜਾ ਬੰਦਾ ਤੇਰੇ ਪਿਆਰੇ ਮਹਿਬੂਬ ਦੀ ਖਿਦਮਤ ਦੇ ਵਿੱਚ ਜਦੋਂ ਹਾਜ਼ਰ ਹੋ ਜਾਵੇ ਨਾ, ਜਦੋਂ ਤੇਰਾ ਗੁਲਾਮ ਬਣ ਜਾਵੇ ਨਾ, ਤਾਂ ਫਿਰ ਉਹਨੂੰ ਈਮਾਨ ਨਸੀਬ ਹੋ ਜਾਂਦਾ ਹੈ। ਕਮਲੀ ਵਾਲਿਆ ਈਮਾਨ ਦੁਨੀਆ ਹੈ, ਦੁਨੀਆ ਤੇ ਬੰਦਾ ਆਉਣ ਲੱਗਾ, ਜੇ ਆਖੇ ਈਮਾਨ ਦੁਨੀਆ ਹੈ ਤਾਂ ਬੰਦਾ ਤਾਂ ਫਿਰ ਇਹ ਗੱਲ ਨਹੀਂ ਬਣਦੀ। ਦੇਣ ਵਾਲਾ ਅੱਲਾ ਹੈ ਔਰ ਲੈਣ ਵਾਲਾ ਬੰਦਾ ਹੈ, ਔਰ ਉਹਦੇ ਤੇ ਹਿੰਮਤ ਹੋਵੇ ਲੈਣ ਦੀ ਤਾਂ ਫਿਰ ਹੈ ਨਾ। ਕਿਉਂਕਿ ਉਹ ਮੈਂ ਅਕਸਰ ਇਹ ਮਿਸਾਲ ਸਮਝਾਦਾ ਹੋਣਾ, ਕਿਉਂਕਿ ਮੇਰਾ ਤਾਲੁਕ ਮਹਿਕਮਾ ਸਿਹਤ ਦੇ ਨਾਲ ਹੈ ਤੇ ਉਹ ਜਦੋਂ ਕੋਈ ਕਿਸੇ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਗਲੀ ਮੁਹੱਲੇ ਚ ਆਵਾਜ਼ ਉੱਤੇ ਹੋ ਜਾਣ ਨਾ, ਤੇ ਫਿਰ ਉਹ ਮਹਿਕਮਾ ਸਿਹਤ ਵਾਲਿਆਂ ਨੂੰ ਦਰਖਾਸਤ ਦੇਣੀ ਪੈਂਦੀ ਹੈ ਕਿ ਸਾਡੇ ਮੁਹੱਲੇ, ਸ਼ਹਿਰ, ਗਲੀ ਮੁਹੱਲੇ ਦੇ ਵਿੱਚ ਆਵਾਰਾ ਕੁੱਤੇ ਹੋ ਗਏ ਨੇ, ਅਸੀਂ ਉਹਨਾਂ ਨੂੰ ਮਾਰਨਾ। ਤੇ ਫਿਰ ਮਹਿਕਮਾ ਸਿਹਤ ਦੀ ਜਿਹੜੀ ਟੀਮ ਹੈ ਨਾ, ਉਹ ਉੱਥੇ ਆ ਕੇ ਫਿਰ ਉੱਥੋਂ ਦੇ ਨੰਬਰਦਾਰ ਨੂੰ ਜਾਂ ਕੌਂਸਲਰ ਨੂੰ ਜਾਂ ਇਮਾਮ ਮਸਜਿਦ ਨੂੰ ਜਾਂ ਖਤੀਬ ਨੂੰ ਜਾਂ ਉੱਥੋਂ ਦਾ ਜਿਹੜਾ ਮੁਅੱਜ਼ਲ ਹੋਵੇ ਉਹ ਸ਼ਹਿਰ ਦਾ, ਪਿੰਡ ਦਾ, ਮੁਹੱਲੇ ਦਾ, ਉਹਨੂੰ ਆ ਕੇ ਮਿਲਦੇ ਨੇ, ਫਿਰ ਉਹ ਐਲਾਨ ਕਰਾਉਂਦੇ ਨੇ ਕਿ ਅਸੀਂ ਜਿਹੜੇ ਆਵਾਰਾ ਕੁੱਤੇ ਨੇ ਨਾ ਉਹਨਾਂ ਨੂੰ ਮਾਰਨ ਵਾਸਤੇ ਆਏ ਹਾਂ, ਤੇ ਇਹਨਾਂ ਦੇ ਕੋਈ ਪਾਲਤੂ ਕੁੱਤੇ ਨੇ ਉਹ ਆਪਣੇ ਉਹਨਾਂ ਨੂੰ ਸਵਾਲ ਲੈਣ, ਤੇ ਫਿਰ ਉਹਨਾਂ ਦੀ ਨਿਸ਼ਾਨੀ ਹੈ ਜਿਹੜਾ ਪਾਲਤੂ ਕੁੱਤਾ ਉਹਦੇ ਗਲ ਦੇ ਵਿੱਚ ਪੱਟਾ ਹੋਏਗਾ, ਜਿਹਦੇ ਗਲ ਦੇ ਵਿੱਚ ਪੱਟਾ ਨਹੀਂ ਹੈ ਇਹ ਨਿਸ਼ਾਨੀ ਹੈ ਕਿ ਉਹ ਆਵਾਰਾ ਹੈ, ਬਸ ਇਹ ਨਿਸ਼ਾਨੀ। ਜਿਹਦੇ ਗਲ ਵਿੱਚ ਪੱਟਾ ਹੈ ਬਸ ਉਹਨੂੰ ਨਹੀਂ ਮਾਰਨਾ, ਜਿਹਦੇ ਗਲ ਵਿੱਚ ਪੱਟਾ ਨਹੀਂ ਹੈ ਉਹਨੂੰ ਮਾਰ ਦੇਣਾ। ਤੇ ਮੇਰੇ ਭਾਈ ਇਸੇ ਤਰ੍ਹਾਂ ਅਸੀਂ ਮੁਹੰਮਦ ਮੁਸਤਫਾ ਤਾਜਦਾਰ ਅਰਬ ਆਜਮ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੇ ਗੁਲਾਮ, ਮੁਹੰਮਦ ਮੁਸਤਫਾ ਦੀ ਗੁਲਾਮੀ ਦਾ ਪੱਟਾ ਸਾਡੇ ਗਲੇ ਦੇ ਵਿੱਚ ਹੈ। ਇਨਸ਼ਾਅੱਲਾ ਦੀਨ ਵੀ ਸਾਡਾ ਮਹਿਫੂਲ ਹੈ, ਦੁਨੀਆ ਵੀ ਸਾਡੀ ਮਹਿਫੂਲ ਹੈ, ਔਰ ਇਨਸ਼ਾਅੱਲਾ ਅਸੀਂ ਕਿਆਮਤ ਦੇ ਦਿਨ ਵੀ ਮੁਹੰਮਦ ਮੁਸਤਫਾ ਦੇ ਸਲਾਤ ਵ ਸਲਾਮ ਪੜ੍ਹਦੇ ਹੋਇਆ ਅਸਲਾਤ ਵ ਸਲਾਮ ਅਲੈਕ ਯਾ ਸੈਯਦੀ ਯਾ ਰਸੂਲ ਅੱਲਾ ਪੜ੍ਹਦੇ ਹੋਇਆ ਟੋਲੀਆਂ ਬਣ ਬਣ ਕੇ ਆਵਾਂਗੇ, ਔਰ ਇਨਸ਼ਾਅੱਲਾ ਮੁਹੰਮਦ ਮੁਸਤਫਾ ਦੇ ਗੁਲਾਮ ਪੂਰੀ ਪੂਰੀ ਆਖਰ ਕਿਆਮਤ ਦੇ ਦਿਨ ਪੂਰੀ ਮਖਲੂਕਾਤ ਦੇਖੇਗੀ ਕਿ ਮੁਹੰਮਦ ਮੁਸਤਫਾ ਦੇ ਜਿਹੜੇ ਗੁਲਾਮ ਨੇ, ਮੁਹੰਮਦ ਮੁਸਤਫਾ ਦੀ ਜਿਹੜੀ ਉਮਤ ਹੈ ਉਹਦੇ ਚਿਹਰੇ ਚਮਕਦੇ ਹੋਣਗੇ, ਕਿਉਂਕਿ ਉਹ ਬਦੂ ਜਿਹੜੇ ਉਹ ਬਲੂ ਕਰਦੇ ਨੇ ਹੱਥ ਉਹਨਾਂ ਦੇ ਚਮਕਦੇ ਹੋਣਗੇ, ਚਿਹਰਾ ਉਹਦਾ ਚਮਕਦਾ ਹੋਏਗਾ, ਨੂਰਾਨੀ ਚਿਹਰਾ ਹੋਏਗਾ, ਦੋਨੋਂ ਪਹਿਚਾਣੇ ਜਾਣਗੇ ਕਿ ਮੁਹੰਮਦ ਮੁਸਤਫਾ ਦੇ ਗੁਲਾਮ ਨੇ। ਤੇ ਮੇਰੇ ਭਾਈਓ ਗੁਲਾਮੀ ਮੁਸਤਫਾ ਅਪਣਾ ਲਓ, ਮੇਰੀ ਗੱਲ ਹੈ। ਹਾਂ ਹੁਣ ਵਕਤ ਕਿਉਂਕਿ ਬਹੁਤ ਥੋੜਾ ਹੈ ਤੇ ਮੈਂ ਅਖੀਰ ਨਹੀਂ ਕਰ ਰਹੀ ਹੈ, ਕਿਉਂਕਿ ਮਸਜਿਦ ਦੇ ਤਿੰਨ ਬਿੱਲ ਨੇ ਬਿਜਲੀ ਦੇ ਤੇ ਉਹਦੇ ਵਾਸਤੇ ਯਾਰ ਸਾਰੇ ਕੋਸ਼ਿਸ਼ ਕਰਿਆ ਕਰੋ ਕਿ ਜੋ ਕੋਈ ਮੁਖੀਰ ਹਜ਼ਰਾਤ ਨੇ ਉਹ ਮਿਹਰਬਾਨੀ ਕਰਿਆ ਕਰੋ, ਦਸ ਦਾ ਬਿੱਲ ਹੈ, ਮਸਜਿਦ ਦੇ ਦੋ ਬਿੱਲ ਨੇ, ਤਿੰਨ ਬਿੱਲ ਨੇ ਆਪਣੇ ਕੋਲ, ਅਸੀਂ ਕੁਛ ਕਾਫੀ ਸਾਰੇ 6-7 ਹਜ਼ਾਰ ਰੁਪਇਆ ਤਕਰੀਬਨ ਹੋ ਗਿਆ। ਕਾਜੀ ਸਾਹਿਬ ਨੇ ਮੈਨੂੰ ਦੱਸਿਆ ਹੈ ਕਿ 15,060 ਰੁਪਏ ਇਹ ਬਿੱਲ ਆਇਆ, 15,060 ਰੁਪਏ ਤਿੰਨਾਂ ਬਿੱਲਾਂ ਤੇ ਉਹ ਆਪਾਂ ਅਦਾ ਕਰਨਾ ਹੈ। ਜਦੋਂ ਟੋਕਰੀ ਲੈ ਕੇ ਪੰਨਾ ਲੈ ਕੇ ਤੁਹਾਡੇ ਕੋਲ ਆਉਣਾ ਤੇ ਆਪਣੀ ਹੈਸੀਅਤ ਦੇ ਮੁਤਾਬਕ ਇਹ ਤੁਸੀਂ ਮਿਹਰਬਾਨੀ ਕਰਨੀ ਹੈ ਤਾਂ ਕਿ ਆਪਣੇ ਬਿੱਲ ਅਦਾ ਹੋ ਜਾਣ, ਜਾਂ ਕੋਈ ਵੀ ਮੁਖੀਰ ਹਜ਼ਰਾਤ ਜਿਹਨੂੰ ਅੱਲਾਹ ਤੌਫੀਕ ਦੇਵੇ ਉਹ ਕੱਲਾ ਵੀ ਇਹ ਬਿੱਲ ਅਦਾ ਕਰ ਸਕਦਾ ਹੈ। ਇਹ ਬੜਾ
नेकी का काम है और यह बड़ी शहादत है और यह पता तो लगेगा। अपनी आंखों देख लेंगे रहमते हक का जमाल, खुल्द में जाएंगे जब नामे मोहम्मद के सबब। तो मेरे भाई आज साढ़े दो मोहतरम तशरीफ लाए ने, एक शाह साहब साढ़े को आते होते ने, हाफिज साहब पहले आए बैठे थे, लेकिन हूं आप फिर शाह साहब का नंबर लाने हैं, तो हाफिज साहब का इंशाल्लाह अगले महीने, क्योंकि शाह साहब पहली दफा तशरीफ लिया, रमजान शरीफ में अक्सर आते थे आप, हम मैं गुजारिश करांगा मुख्तसर अंदाज इन्हों की खिदमत भी करा करो। ये आले औलाद मोहम्मद मुस्तफा के गुलाम ने सैयद ने आले नबी औलाद आने ने इन्हों की खिदमत करा दे गांव मेरा सा नमाज पढ़ने अल्लाह खैर रखे इंशाल्लाह।